बसपा के अश्वनी कांग्रेस में शामिल डॉक्टर राजकुमार ने किया स्वागत हल्का पश्चिम में कांग्रेस पार्टी को उस समय भारी बल मिला जब बहुजन समाज पार्टी के सीनियर उपाध्यक्ष अश्वनी अरोड़ा अपने साथियों सहित साथ कांग्रेस पार्टी में शामिल हुए हल्का पश्चिम में कांग्रेस के उम्मीदवार डॉक्टर राजकुमार ने उन्हें पार्टी में शामिल करवाते हुए उनका स्वागत किया डॉक्टर राजकुमार ने कहा की अश्वनी शर्मा के कांग्रेस में आने से पार्टी को फायदा होगा पार्टी का साथ देंगे ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦਾ ਸਵਾਗਤ ਹੈ ਔਰ ਇਹ ਭਰਾ ਨੇ ਔਰ ਦੁੱਖ ਸੁੱਖ ਦੇ ਸਾਥੀ ਵੀ ਹੈ ਚੰਗੇ ਬੰਦੇ ਤੇ ਚੰਗੇ ਕੰਮ ਕਰਨ ਵਾਲੇ ਹੈ ਔਰ ਮੈਂ ਮਹਿਸੂਸ ਕਰਦਾ ਕਿ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਵੀ ਬਲ ਮਿਲਿਆ ਹੈ ਔਰ ਮੈਨੂੰ ਵੀ ਬਲ ਮਿਲਿਆ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਇਹਨਾਂ ਦਾ ਭਰਾ ਆ ਤੇ ਭਰਾਵਾਂ ਵਾਂਗੂ ਨਿਭਾਵਾਂਗਾ ਹਾਂਜੀ ਅਚੁਲੀ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਮਾਨ ਬਖਸ਼ਿਆ ਜਿਹੜੇ ਮੇਰੇ ਇਹਨਾਂ ਨਾਲ ਗਿਲੇ ਸ਼ਿਕਵੇ ਸੀ ਸਾਰੇ ਦੂਰ ਕੀਤੇ ਇਹਨਾਂ ਨੇ ਤੇ ਜਿਹੜਾ ਮੈਂ ਆਪਣੇ ਤਨ ਮੰਨ ਦੇ ਨਾਲ ਪਾਰਟੀ ਦੀ ਪੂਰੀ ਸੇਵਾ ਕਰਾਂ